ਤਾਂ ਸਕੂਲੀ ਬੱਚਿਆਂ ਦੇ ਨਾਲ ਭਰਿਆ ਹੋਇਆ ਆਟੋ ਪਲਟਿਆ, ਤਾਂ ਜਿਵੇਂ ਹੀ ਇਹ ਆਟੋ ਪਲਟਿਆ ਤਾਂ ਚੀਕ ਚਿਹਾੜਾ ਜਿਹੜਾ ਉਹ ਸ਼ੁਰੂ ਹੋ ਜਾਂਦਾ। ਛੋਟੇ ਛੋਟੇ ਬੱਚੇ ਨੇ ਜਿਹੜੇ ਇਸ ਆਟੋ ਦੇ ਵਿੱਚ ਸਵਾਰ ਹੁੰਦੇ ਨੇ, ਸਕੂਲ ਦੇ ਲਈ ਘਰੋਂ ਨਿਕਲੇ ਹੁੰਦੇ ਨੇ, ਤਾਂ ਅਚਾਨਕ ਇਹ ਆਟੋ ਆ ਜਿਹੜਾ ਉਹ ਪਲਟ ਜਾਂਦਾ। ਹਾਲਾਂਕਿ ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਆ ਜਿਹੜਾ ਉਹ ਨਹੀਂ ਹੋਇਆ, ਪਰ ਜਿਹੜੇ ਇਹ ਮਾਸੂਮ ਬੱਚੇ ਸੀ ਇਹਨਾਂ ਦੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ। ਇੱਕ ਬੱਚੇ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਗਈ, ਜਿਸ ਨੂੰ PGI ਦੇ ਵਿੱਚ ਰੈਫਰ ਜਿਹੜਾ ਉਹ ਕਰ ਦਿੱਤਾ ਗਿਆ। ਤਾਂ ਰੋਪੜ ਤੋਂ ਇਹ ਮਾਮਲਾ ਜਿਹੜਾ ਉਹ ਨਿਕਲ ਕੇ ਸਾਹਮਣੇ ਆਇਆ, ਜਿੱਥੇ ਇੱਕ ਹਾਦਸਾ ਵਾਪਰਿਆ, ਸਕੂਲੀ ਬੱਚਿਆਂ ਦੇ ਨਾਲ ਭਰਿਆ ਹੋਇਆ ਆਟੋ ਪਲਟਿਆ। ਜਿਵੇਂ ਹੀ ਇਹ ਸਤਲੁਜ ਦਰਿਆ ਦੇ ਉੱਪਰ ਬਣੇ ਪੁਲ ਦੇ ਉੱਪਰ ਪਹੁੰਚਦਾ ਆਟੋ, ਤਾਂ ਜਿਹੜਾ ਆਟੋ ਆ ਉਹ ਅਚਾਨਕ ਪਲਟ ਜਾਂਦਾ। ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ 5 ਤੋਂ 6 ਬੱਚੇ ਨੇ ਜਿਹੜੇ ਉਹ ਸਵਾਰ ਸਨ, ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ, ਮਾਮੂਲੀ ਸੱਟਾਂ ਲੱਗੀਆਂ ਨੇ। ਇੱਕ ਬੱਚਾ ਜ਼ਖਮੀ ਹੋਇਆ ਗੰਭੀਰ ਰੂਪ ਦੇ ਨਾਲ, ਜਿਸ ਨੂੰ PGI ਦੇ ਵਿੱਚ ਰੈਫਰ ਜਿਹੜਾ ਉਹ ਕੀਤਾ ਗਿਆ। ਤਾਂ ਸਕੂਲੀ ਬੱਚਿਆਂ ਦੇ ਨਾਲ ਭਰਿਆ ਹੋਇਆ ਇਹ ਆਟੋ ਸੀ, ਤਾਂ ਡਰਾਈਵਰ ਉਹਨਾਂ ਨੂੰ ਆਪਣੇ ਆਪਣੇ ਘਰੋਂ ਬਿਠਾ ਕੇ ਸਕੂਲ ਦੇ ਵੱਲ ਲੈ ਕੇ ਜਾ ਰਿਹਾ ਸੀ। ਜਿਵੇਂ ਹੀ ਸਤਲੁਜ ਦਰਿਆ ਦੇ ਉੱਪਰ ਜਿਹੜਾ ਪੁਲ ਬਣਿਆ ਹੋਇਆ, ਤਾਂ ਉੱਥੇ ਪਹੁੰਚਿਆ, ਤਾਂ ਅਚਾਨਕ ਜਿਹੜਾ ਇਹ ਆਟੋ ਆ ਉਹ ਪਲਟ ਜਾਂਦਾ। ਤਾਂ ਜਿਵੇਂ ਹੀ ਇਹ ਆਟੋ ਪਲਟਿਆ, ਤਾਂ ਬੱਚਿਆਂ ਨੇ ਚੀਕ ਚਿਹਾੜਾ ਮਚਾਉਣਾ ਸ਼ੁਰੂ ਕਰ ਦਿੱਤਾ, ਤਾਂ ਨਾਲ ਦੀ ਨਾਲ ਤੁਰੰਤ ਉਹਨਾਂ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਆ ਜਿਹੜਾ ਉਹ ਕਰਵਾਇਆ ਗਿਆ। ਤਾਂ ਇਸ ਹਾਦਸੇ ਦੇ ਦੌਰਾਨ ਗਨੀਮਤ ਇਹ ਰਹਿੰਦੀ ਆ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਆ ਜਿਹੜਾ ਉਹ ਨਹੀਂ ਹੋਇਆ, ਪਰ ਬੱਚਿਆਂ ਦੇ ਮਾਮੂਲੀ ਸੱਟਾਂ ਨੇ ਜਿਹੜੀਆਂ ਉਹ ਵੀ ਲੱਗੀਆਂ ਨੇ। ਤਾਂ ਇੱਕ ਬੱਚੇ ਦੀ ਹਾਲਤ ਗੰਭੀਰ ਦੇਖੀ ਗਈ, ਜਿਸ ਨੂੰ PGI ਦੇ ਵਿੱਚ ਰੈਫਰ ਜਿਹੜਾ ਉਹ ਕੀਤਾ ਗਿਆ। ਤਾਂ ਰੋਪੜ ਦੇ ਵਿੱਚ ਇਹ ਹਾਦਸਾ ਵਾਪਰਿਆ, ਜਿੱਥੇ ਸਕੂਲੀ ਬੱਚਿਆਂ ਦੇ ਨਾਲ ਭਰਿਆ ਹੋਇਆ ਆਟੋ ਆ ਜਿਹੜਾ ਉਹ ਪਲਟਿਆ। ਨਾਮ ਲਲਨ ਪੰਡਿਤ, ਫਰੇਮ ਨਗਰ ਤੋਂ ਬੀਐਨਐਸ ਨੂੰ ਬੱਚੇ ਦੇ ਲਈ ਜਾਣਾ ਸੀ। ਉਸ ਤੋਂ ਬਾਅਦ ਬਾਈਪਾਸ ਆਇਆ ਔਰ ਰਸਤੇ ਮੇਂ ਥੋੜੀ ਗਾੜੀ ਸਲਿਪ ਹੋ ਗਈ, ਲੋਕ ਲੱਗ ਗਿਆ, ਹਾਂ ਬਸ ਪਲਟੀ ਗਾੜੀ ਹੋਈ। ਕੈਸੇ ਹੋਇਆ? ਕੁਛ ਵੀ ਨਹੀਂ ਲੱਗਾ, ਬਸ ਮੈਂ ਤਾਂ ਬੋਲਾ ਵੀ ਹੋਆ ਕੈਸੇ, ਪਲਟ ਗਈ ਗਾੜੀ ਬਸ। ਕਿੰਨੇ ਬੱਚੇ? 5-6 ਬੱਚੇ ਥੇ ਬਸ। ਆਪਕੋ ਵੀ ਲੜਕਾ ਕਦੀ? ਹਾਂਜੀ, ਉਹ ਮੇਰੇ ਲੜਕੇ ਕੋ ਲੱਗੀ ਥੋੜੇ ਸੇ, ਉਹ ਲਗਾ ਹੋ ਗਏ। ਤੇ ਉਹ ਭਾਈ ਆਪਕੇ ਲੜਕੇ ਕੀ ਕੈਸੇ ਆ, ਸਿਹਤ ਕੈਸੀ ਹੈ? ਠੀਕ ਹੈ। ਕਿਸਕੀ? ਆਪਕੇ ਲੜਕੇ? ਉਹ ਪੜਾ ਹੋਆ ਸਾਹਮਣੇ ਦੇਖ ਲਓ, ਥੋੜਾ ਸਾ। ਹਾਂਜੀ, ਥੋੜਾ ਸਾ ਵੈਸੇ ਤਾਂ ਠੀਕ ਹੈ, ਥੋੜਾ ਦਿਮਾਗ ਡਾਕਟਰ ਬੋਲੇ ਵੀ ਚੈੱਕ ਕਰਾ ਲਓ ਬੱਚੇ ਸਮੇਂ। ਠੀਕ।